ਭਾਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਰਿਕੁਐਸਟ ਕਰੋ ਸਭ ਨੂੰ ਬਹੁਤ ਬਹੁਤ ਕਿ ਮੇਰਾ ਬਹੁਤ ਬਹੁਤ ਰਿਕੁਐਸਟ ਹੈ ਮੇਰਾ ਚੈਨਲ ਸਬਸਕ੍ਰਾਈਬ ਕਰੋ ਬਹੁਤ ਬਹੁਤ ਰਿਕੁਐਸਟ ਹੈ ਜੀ ਜੋ ਇਹਨਾਂ ਨੇ ਕਿਹਾ ਕਰੋ ਹੁਣੇ ਕਰੋ ਸਾਰੇ ਕੰਮ ਛੱਡ ਕੇ ਭਾਵੇਂ ਫੋਨ ਸਾਈਡ ਤੇ ਰੱਖ ਕੇ ਕਰੋ ਸੋ ਯੂਨਿਟ ਵਾਲੇ ਸਾਰੇ ਲੋਕ ਵਿਚਾਰੇ ਦੇਖੋ ਆ ਜਿਹੜੀ ਤੁਸੀਂ ਸਾਹਮਣੇ ਕੈਨੋਪੀ ਦੇਖ ਰਹੇ ਹੋ ਇਹਦੇ ਨੀਚੇ ਕੈਮਰਾ ਸਾਡਾ ਹੈ ਹਨਾ ਤੇ ਉਹਨੂੰ ਪ੍ਰੋਟੈਕਟ ਕਰਨ ਲਈ ਉੱਥੇ ਜਿਹੜੇ ਕੈਮਰਾ ਅਟੈਂਡੈਂਟ ਨੇ ਉਹ ਖੜੇ ਨੇ ਸਪੋਟ ਵਾਲੇ ਵਿਚਾਰੇ ਭੱਜੇ ਫਿਰਦੇ ਨੇ ਤੇ ਉਹ ਸਾਹਮਣੇ ਪਿੱਛੇ ਜਿਹੜਾ ਸਾਊਂਡ ਸਿਸਟਮ ਹੈ ਉਹ ਵਿਚਾਰੇ ਤਰਪਾਲ ਰੱਖ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਬਿਨਾਂ ਬੈਂਡ ਚੱਲ ਇੰਗਲੈਂਡ ਸਾਡੀ ਫਿਲਮ ਜਿਹੜਾ ਸ਼ੂਟ UK ਵਿੱਚ ਚੱਲ ਰਿਹਾ ਉਹਦਾ ਅੱਜ 5th ਡੇ ਸੀਗਾ ਜੀ ਇੱਥੇ ਬਹੁਤ ਵਧੀਆ ਸ਼ੂਟ ਹੋ ਗਿਆ ਅਤੇ ਪਿਛਲੇ ਮੇਰੇ ਖਿਆਲ ਹੈ 2 ਦਿਨ ਤੋਂ ਮੇਰਾ ਪ੍ਰੋਪਰ ਵਲੋਗ ਲਈ ਮੈਂ ਵੀਡੀਓਜ਼ ਨਹੀਂ ਬਣਾ ਸਕਿਆ ਸੋ ਮੈਂ ਕਿਹਾ ਚਲ ਅੱਜ ਤੁਹਾਨੂੰ ਡਿਟੇਲ ਦੱਸ ਦਿਆਂ ਅਤੇ ਅੱਜ ਸਾਡਾ 4th ਡੇ ਹੈ ਨਾ ਚੰਦਨ ਫੋਰਥ ਡੇ ਹਾਂ ਸਾਡਾ 4th ਡੇ ਹੈ ਇੱਥੇ ਅਤੇ ਜਿਹਦੇ 'ਚ ਅਸੀਂ ਕਾਫੀ ਸਾਰੇ ਸੀਨ ਕਰ ਚੁੱਕੇ ਹਾਂ ਅਤੇ ਅੱਜ ਸਾਡਾ ਫਸਟ ਸੌਂਗ ਅਸੀਂ ਇੱਥੇ ਸ਼ੂਟ ਕੀਤਾ ਹੈ ਸੋ ਕੱਲ੍ਹ ਤੋਂ ਫਿਰ ਦੁਬਾਰਾ ਅਸੀਂ ਜਿਹੜੇ ਸੀਨਸ ਆ ਉਹਦੇ ਉੱਪਰ ਜਾਵਾਂਗੇ ਅਤੇ ਬਾਅਦ 'ਚ ਜਿਹੜਾ ਸਾਡੇ ਫਿਲਮ ਦੇ 2 ਸੌਂਗਸ ਬਚੇ ਨੇ ਇੱਕ ਰੋਮਾਂਟਿਕ ਅਤੇ ਇੱਕ ਸੈਡ ਉਹ ਅਸੀਂ ਆਲਮੋਸਟ ਜਿਹੜਾ ਸਕੈਜੂਅਲ ਦੇ ਲਾਸਟ ਵਿੱਚ ਕਰਾਂਗੇ ਸੋ ਬੜਾ ਮਜ਼ਾ ਆ ਰਿਹਾ ਜੀ ਇੱਥੇ ਮੌਸਮ ਬਹੁਤ ਵਧੀਆ ਹੈ ਅਤੇ ਸਾਨੂੰ ਜਦੋਂ ਇੰਡੀਆ ਤੋਂ ਚੱਲੇ ਸੀਗੇ ਤਾਂ ਉਦੋਂ ਪਤਾ ਲੱਗਿਆ ਸੀ ਕਿ ਇੱਥੇ ਮੌਸਮ ਥੋੜ੍ਹਾ ਜਿਹਾ ਗਰਮ ਹੋ ਗਿਆ ਅਤੇ ਲੇਕਿਨ ਇੱਥੇ ਠੰਡ ਬਹੁਤ ਜ਼ਿਆਦਾ ਹੈਗੀ ਆ ਅਤੇ ਵੈਸੇ ਜਨਰਲੀ ਮਈ ਦੇ ਵਿੱਚ ਇੰਨੀ ਇੱਥੇ ਠੰਡ ਨਹੀਂ ਹੁੰਦੀ ਹੈਗੀ ਲੇਕਿਨ ਕਾਫੀ ਠੰਡਾ ਮੌਸਮ ਹੈ ਲੇਕਿਨ ਸਟਿਲ ਅਸੀਂ ਇੰਜੋਏ ਕਰ ਰਹੇ ਹਾਂ ਕਿਉਂਕਿ ਗਰਮੀ ਜੇ ਕਹਿ ਲਓ ਵੀ ਜ਼ਿਆਦਾ ਹੋ ਜਾਵੇ ਤਾਂ ਵੀ ਕੰਮ ਕਰਨਾ ਮੁਸ਼ਕਿਲ ਆ ਸੋ ਮਿਕਸ ਜਿਹਾ ਮੌਸਮ ਹੈਗਾ ਹੈ ਅਤੇ ਬਾਕੀ ਐਵਰੀ ਡੇ ਹੁਣ ਕੱਲ੍ਹ ਤੋਂ ਫਿਰ ਦੁਬਾਰਾ ਵਲੋਗ ਲਈ ਵੀਡੀਓਜ਼ ਬਣਾਉਣੇ ਸ਼ੁਰੂ ਕਰਾਂਗੇ ਅਤੇ ਤੁਹਾਨੂੰ ਨਾਲ ਦੀ ਨਾਲ ਸਾਰਾ ਸ਼ੂਟਿੰਗ ਦਾ ਮਾਹੌਲ ਦਿਖਾਵਾਂਗੇ ਅਤੇ ਮੇਰਾ ਚੈਨਲ ਇਨਸਾਈਡ ਦਾ ਫਰੇਮ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਹੋਰਾਂ ਨੂੰ ਵੀ ਮਤਲਬ ਦੱਸੋ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਜਿੰਨਾ ਵੀ ਵਲੋਗ ਪਾਉਣਾ ਤੁਸੀਂ ਦੇਖ ਸਕੋ ਅਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਥੈਂਕ ਯੂ ਸੋ ਵੈਰੀ ਮੱਚ ਲਾਈਕ ਵੀ ਕਰੋ ਕਮੈਂਟ ਵੀ ਕਰੋ ਤਾਂ ਕਿ ਮੈਂ ਹੋਰ ਵਧੀਆ ਵਧੀਆ ਵਲੋਗਸ ਬਣਾ ਕੇ ਪਾ ਸਕਾਂ ਥੈਂਕ ਯੂ ਜੀ ਸ਼ੂਟਿੰਗ ਦਾ ਅੱਜ 10ਵਾਂ ਦਿਨ ਹੈ ਜੀ ਅਤੇ ਅੱਜ ਅਸੀਂ ਅਰਲੀ ਮਾਰਨਿੰਗ ਨਿਕਲੇ ਹਾਂ ਡਰੋਨ ਸ਼ਾਟਸ ਲੈਣ ਲਈ ਜੇ ਸਾਨੂੰ ਪਾਸਿੰਗ ਸ਼ਾਟਸ ਚਾਹੀਦੇ ਹੁੰਦੇ ਨੇ ਫਿਲਮ ਦੇ ਵਿੱਚ ਤਾਂ ਉਹ ਮੇਰੇ ਬੈਕ ਸਾਈਡ 'ਤੇ ਸ਼ਕਤੀ ਜੀ ਚੰਦਨ ਅਤੇ ਸਾਡੇ ਜਿਹੜੇ ਡਰੋਨ ਓਪਰੇਟਰ ਨੇ ਸੋ ਡਰੋਨ ਸ਼ਾਟਸ ਲੈਣ ਤੋਂ ਬਾਅਦ ਫਿਰ ਵਾਪਸ ਅਸੀਂ ਲੋਕੇਸ਼ਨ 'ਤੇ ਜਾਵਾਂਗੇ ਅਤੇ ਅੱਜ ਜਿਹੜੀ ਸ਼ੂਟਿੰਗ ਆ ਉਹ ਸ਼ੁਰੂ ਕਰਾਂਗੇ ਮੇਨ ਟਾਈਮ ਸਾਰੇ ਐਕਟਰਸ ਉੱਥੇ ਰੈਡੀ ਰਹਿਣਗੇ ਅਤੇ ਦੈਨ ਫਿਰ ਸ਼ੂਟ ਸ਼ੁਰੂ ਹਾਂਜੀ ਮਿਲ ਰਹੇ ਆ ਸ਼ਾਟਸ ਫ੍ਰੀ ਕਿਵੇਂ ਬੈਠੇ ਹੋ ਨਹੀਂ ਤੇ ਫ੍ਰੀ ਨਹੀਂ ਬੈਠੇ ਤੇ ਡਿਜ਼ਾਈਨਿੰਗ ਚੱਲਦੀ ਹੈ ਸ਼ਾਰਟਸ ਕੀ ਥੋੜਾ ਸਾ ਗਾੜੀ ਲਗਾਈ ਹੈ ਪਲੇਸਿੰਗ ਦਿਮਾਗ ਨੂੰ ਚੱਲ ਰਹੀ ਹੈ ਕੈਮਰਾ ਲਗਾਇਆ ਤਿਆਰੀ ਨਹੀਂ ਓਕੇ ਨਾਟ ਕੁਆਇਟ ਜਲਦੀ ਬੁਲਾ ਲੈ ਬਹੁਤ ਕੰਮ ਕਈ ਕਰਦੇ ਆ ਜਿਵੇਂ ਲੰਗਰ ਵੀ ਹੁੰਦਾ ਵਿੱਚ ਹਾਂਜੀ ਪਰ ਮੋਸਟਲੀ ਕੀ ਹੁੰਦਾ ਫਿਰ ਜੇ ਸੇਮ ਡੇ ਹੋਵੇ ਫਿਰ ਸਿੱਧਾ ਪਾਰਟੀ ਤੇ ਜਾਂਦੇ ਸਿੱਧਾ ਪਾਰਟੀ ਤੇ ਜਾਂਦੇ ਜਿਨ੍ਹਾਂ ਨੇ ਲੰਗਰ ਕਰਾਉਣਾ ਹੁੰਦਾ ਇੱਥੇ ਹੀ ਫਿਰ ਉਹ ਆਟ ਹੁੰਦਾ ਸੋ ਸ਼ੂਟਿੰਗ ਚੱਲ ਰਹੀ ਹੈ ਜੀ ਬਹੁਤ ਵਧੀਆ ਵਿੱਚ ਥੋੜਾ ਥੋੜਾ ਗੈਪ ਆਈ ਜਾਂਦਾ ਵਲੌਗਸ ਦੇ ਵਿੱਚ ਟਾਈਮ ਨਹੀਂ ਲੱਗਦਾ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਸਕੈਜੂਲ ਹੈਗਾ ਬਹੁਤ ਟਾਈਟ ਚੱਲ ਰਿਹਾ ਹੈ ਟਾਈਮ ਨਹੀਂ ਮਿਲ ਪਾਉਂਦਾ ਹੈਗਾ ਮੈਨੂੰ ਵਲੌਗ ਲਈ ਵੀਡੀਓਜ਼ ਬਣਾਉਣ ਦਾ ਅਤੇ ਅੱਜ ਸਾਡੇ ਨਾਲ ਜਿਹੜੇ ਆਰਟਿਸਟ ਹੈਗੇ ਨੇ ਪੂਰੀ ਤਕਰੀਬਨ ਕਹਿ ਲਓ ਫਿਲਮ ਦੀ ਕਾਸਟ ਹੀ ਹੈਗੀ ਆ ਬੀਅਨ ਸ਼ਰਮਾ ਜੀ ਘੁੱਗੀ ਭਾਅ ਜੀ ਸੰਘਾ ਜੀ ਰਾਣਾ ਜੰਗ ਬਹਾਦਰ ਜੀ ਸੁੱਖੀ ਭਾਅ ਜੀ ਰੁਪੀ ਮੈਮ ਰਾਜ ਧਾਲੀਵਾਲ ਅਤੇ ਸਾਡੇ ਰੋਸ਼ਨ ਪ੍ਰਿੰਸ ਜੀ ਸਾਇਰਾ ਅਤੇ ਸਾਰਿਆਂ ਨੇ ਮਤਲਬ ਨੇਹਾ ਦਿਆਲ ਮਨਪ੍ਰੀਤ ਮਣੀ ਅਤੇ ਆਪਣੇ ਬਦਰ ਖਾਨ ਭਾਅ ਜੀ ਨੇ ਪਾਕਿਸਤਾਨ ਤੋਂ ਅਤੇ ਪੂਰੀ ਕਾਸਟ ਫਿਲਮ ਦੀ ਅੱਜ ਇੱਥੇ ਹੈਗੀ ਆ ਅਤੇ ਅੱਜ ਜਿਹੜੇ ਸਾਡੇ ਫੀਮੇਲ ਆਰਟਿਸਟ ਨੇ ਉਹਨਾਂ ਦਾ ਕਹਿ ਲਓ ਵੀ ਇਹ ਲਾਸਟ ਦਿਨ ਆ ਕੱਲ੍ਹ ਜਾਂ ਪਰਸੋਂ ਉਹਨਾਂ ਨੇ ਇੰਡੀਆ ਚਲੇ ਆਉਣਾ ਲੇਕਿਨ ਸ਼ੂਟਿੰਗ ਦਾ ਉਹਨਾਂ ਦਾ ਅੱਜ ਲਾਸਟ ਡੇ ਆ
ਤੇ ਉਸ ਤੋਂ ਬਾਅਦ ਅੱਗੇ ਜਿਹੜਾ ਸਾਡਾ ਹੈਗਾ ਕੰਮ ਚੱਲਦਾ ਰਹੂਗਾ। ਤਕਰੀਬਨ 6 ਦਿਨ ਦਾ ਕੰਮ ਸਾਡਾ ਬਕਾਇਆ ਰਹੇਗਾ ਫਿਲਮ ਦਾ, ਅਤੇ ਬਹੁਤ ਸੋਹਣਾ ਕੰਮ ਹੋ ਰਿਹਾ। ਸਾਡੀ ਟੀਮ ਬਹੁਤ ਪੋਜ਼ਿਟਿਵ ਹੈ, ਸਾਰੀ ਐਨਰਜੈਟਿਕ ਹੈ, ਸਾਡੇ ਪ੍ਰੋਡਿਊਸਰਸ ਬਹੁਤ ਵਧੀਆ ਕੰਮ ਹੋ ਰਿਹਾ ਸਾਰਾ, ਅਤੇ ਉਮੀਦ ਹੈ ਕਿ ਫਿਲਮ ਬਹੁਤ ਸੋਹਣੀ ਬਣ ਰਹੀ ਹੈ ਅਤੇ ਤੁਸੀਂ ਸਾਰੇ ਪਸੰਦ ਕਰੋਗੇ। ਚਲੋ ਸੋ ਸ਼ੂਟਿੰਗ ਦਾ ਸਾਡਾ ਅੱਜ 13ਵਾਂ ਦਿਨ ਹੈ। ਸਾਰਾ ਦਿਨ ਸਾਡਾ ਅੱਜ ਵਧੀਆ ਨਿਕਲਿਆ, ਕੰਮ ਬਹੁਤ ਵਧੀਆ ਹੋਇਆ, ਲੇਕਿਨ ਬਿਲਕੁਲ ਲਾਸਟ ਵਿੱਚ ਆ ਕੇ ਜਦੋਂ ਕਹਿ ਲਓ ਵੀ ਸਾਡਾ ਘੰਟੇ ਦਾ ਕੰਮ ਰਹਿੰਦਾ ਸੀਗਾ, ਇੱਥੇ ਹੁਣ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਬਾਹਰ, ਤੁਸੀਂ ਦੇਖੋ, ਕਿਉਂਕਿ ਯੂਕੇ ਦਾ ਜਿਹੜਾ ਮੌਸਮ ਹੈ ਇਹਦਾ ਕੋਈ ਭਰੋਸਾ ਨਹੀਂ ਹੈਗਾ, ਬਿਲਕੁਲ ਅਨਪ੍ਰਡਿਕਟੇਬਲ ਹੈ, ਕਦੇ ਧੁੱਪ ਨਿਕਲ ਆਉਂਦੀ ਹੈ। ਹੁਣ ਤੋਂ ਮੇਰੇ ਖਿਆਲ ਆਇਆ ਸ਼ਕਤੀ ਜੀ ਅੱਜ ਸੇ 10 ਮਿੰਟ ਪਹਿਲੇ 15 ਮਿੰਟ ਪਹਿਲੇ ਹੈ ਨਾ, ਗਰੁੱਪ ਬਹੁਤ ਤੇਜ਼, ਪੂਰੀ ਧੁੱਪ ਪਈ ਹੈ ਨਾ ਬਹੁਤ ਤੇਜ਼, ਔਰ ਹੁਣ ਤੁਸੀਂ ਦੇਖੋ ਬਿਲਕੁਲ ਬਾਰਿਸ਼ ਹੋ ਰਹੀ ਹੈ, ਔਰ ਇਹ ਨਹੀਂ ਪਤਾ ਕਿ ਅਗਲੇ 15 ਮਿੰਟ 'ਚ ਬਾਰਿਸ਼ ਬਿਲਕੁਲ ਹੀ ਰੁਕ ਗਿਆ। ਦਿਖਾਉਣਾ ਸ਼ਕਤੀ ਜੀ ਬਾਹਰ, ਸੋ ਯੂਨਿਟ ਵਾਲੇ ਸਾਰੇ ਲੋਕ ਵਿਚਾਰੇ ਦੇਖੋ, ਆ ਜਿਹੜੀ ਤੁਸੀਂ ਸਾਹਮਣੇ ਕੈਨੋਪੀ ਦੇਖ ਰਹੇ ਹੋ ਇਹਦੇ ਨੀਚੇ ਕੈਮਰਾ ਸਾਡਾ ਹੈ ਨਾ, ਅਤੇ ਉਹਨੂੰ ਪ੍ਰੋਟੈਕਟ ਕਰਨ ਲਈ ਉੱਥੇ ਜਿਹੜੇ ਕੈਮਰਾ ਅਟੈਂਡੈਂਟ ਨੇ ਉਹ ਖੜ੍ਹੇ ਨੇ, ਸਪੋਟ ਵਾਲੇ ਵਿਚਾਰੇ ਭੱਜੇ ਫਿਰਦੇ ਨੇ, ਅਤੇ ਉਹ ਸਾਹਮਣੇ ਪਿੱਛੇ ਜਿਹੜਾ ਸਾਊਂਡ ਸਿਸਟਮ ਹੈ ਉਹ ਵਿਚਾਰੇ ਤਰਪਾਲ ਰੱਖ ਕੇ ਉਹ ਬੈਠੇ ਆ, ਕਿਉਂਕਿ ਇਕੁਇਪਮੈਂਟ ਦਾ ਸਾਰਾ ਬਹੁਤ ਮਹਿੰਗਾ ਇਕੁਇਪਮੈਂਟ ਹੁੰਦਾ ਫਿਲਮ ਮੇਕਿੰਗ ਵਾਲਾ। ਦੇਖੋ ਮੀਂਹ ਚ ਵੀ ਚਾਹ ਪਲਾਉਂਦੇ ਘੁੰਮ ਰਹੇ ਨੇ ਵਿਚਾਰੇ। ਇਹ ਖਾਨ ਸਾਹਿਬ ਨੇ ਦੇਖੋ ਇਹ ਗੱਡੀ ਬਿਲਕੁਲ ਨੇੜੇ ਲੈ ਕੇ ਆ ਗਏ ਤਾਂ ਕਿ ਭੱਜਣਾ ਨਾ ਪਵੇ ਬਾਰਿਸ਼ 'ਚ, ਤੇ ਸਾਰੇ ਗੱਡੀ 'ਚ ਆ ਕੇ ਬਹਿ ਗਏ ਨੇ ਜਿਨ੍ਹਾਂ ਨੇ ਬਹਿਣਾ ਸੀ, ਸਟਿਲ ਹਲੇ ਕਾਫੀ ਲੋਕ ਸਾਡੇ ਬਾਹਰ ਨੇ, ਉਹ ਬਾਰਿਸ਼ ਨੂੰ ਇੰਜੋਏ ਕਰ ਰਹੇ ਹਨ। ਹਾਂ ਬਾਰਿਸ਼ ਨੂੰ ਇੰਜੋਏ ਕਰ ਰਹੇ, ਰਹਿਮਤ ਇੰਜੋਏ ਕਰ ਰਹੇ। ਪ੍ਰਵੀਨ ਭਾਜੀ ਆ ਜਾਓ, ਕਿਆ ਬਾਤ ਹੈ, ਵੀਆਈਪੀ ਫੀਲਿੰਗ, ਆ ਜਾਓ ਸਟਾਈਲ ਮੇਕਸ ਦ ਮੈਨ। ਚਲੋ ਫਿਲਹਾਲ ਜਦ ਤੱਕ ਬਾਰਿਸ਼ ਨਹੀਂ ਰੁਕਦੀ ਇਸ ਗੱਡੀ 'ਚ ਬਹਿ ਜਾਓ। ਥੈਂਕ ਯੂ ਭਾਜੀ, ਆਪਾਂ ਵੇਟ ਕਰਾਂਗੇ ਜਰੂਰ, ਰੁਕਵਾ ਦਿਓ ਭਾਜੀ ਬਾਰਿਸ਼, ਮਹੀਪ ਸਾਹਿਬ ਨੂੰ ਕਿਹਾ ਚੈੱਕ ਭੇਜੋ ਬਾਰਿਸ਼ ਰੁਕ ਜਾਂਦੇ ਆ, ਕੰਮ ਪੂਰਾ ਹੋ ਜਾਊਗਾ, ਟੈਨਸ਼ਨ ਹੋ ਗਈ। ਨਹੀਂ ਟੈਨਸ਼ਨ ਨਹੀਂ, ਮੈਨੂੰ ਲੱਗਦਾ ਹੋ ਜਾਊਗਾ ਕੰਮ, ਤੁਸੀਂ ਕਿਹਾ ਨਾ ਹੁਣੀ। ਚਲੋ ਵੇਟ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੋ ਸ਼ੂਟਿੰਗ ਦਾ ਸਾਡਾ ਅੱਜ 16ਵਾਂ ਦਿਨ ਹੈ ਜੀ, ਅਤੇ ਤਕਰੀਬਨ 5 ਕੁ ਦਿਨ ਦੀ ਸਾਡੀ ਸ਼ੂਟਿੰਗ ਰਹਿ ਗਈ। ਜਿਹੜਾ ਟੋਕੀ ਜਿਹੜਾ ਪੋਰਸ਼ਨ ਹੈਗਾ ਫਿਲਮ ਦਾ ਉਹ ਤਕਰੀਬਨ ਮੁੱਕ ਚੱਲਿਆ, ਮੈਨੂੰ ਲੱਗਦਾ 5 ਜਾਂ 6 ਸੀਨ ਰਹਿ ਗਏ ਸਾਡੇ, ਅਤੇ ਅੱਜ ਅਸੀਂ ਹੁਣ ਸੌਂਗ ਸ਼ੂਟ ਕਰ ਰਹੇ ਹਾਂ, ਸੈਡ ਸੌਂਗ ਸਾਡਾ ਉਹਦੇ ਮੋਨਟਾਜੀ ਚੱਲ ਰਹੇ ਨੇ, ਪਹਿਲਾਂ ਅਸੀਂ ਇਨਡੋਰ ਸੀਗੇ ਅਤੇ ਹੁਣ ਰਾਤ ਤੱਕ ਚੱਲੂਗਾ, ਲੇਟ ਨਾਈਟ ਤੱਕ ਬਾਹਰ ਕੰਮ, ਅਤੇ ਕੱਲ੍ਹ ਨੂੰ ਅਸੀਂ ਕਰਾਂਗੇ ਸਾਰੇ ਜਿਹੜਾ ਰੋਡ ਦੇ ਸ਼ੋਟਸ ਹੈਗੇ ਨੇ ਸਾਡੇ ਸੀਨਸ ਉਹ ਕਰਾਂਗੇ, ਗੱਡੀਆਂ 'ਤੇ ਡਿਗ ਰੁਗ ਲਾ ਕੇ ਕਾਫੀ ਟਾਈਮ ਕੰਜ਼ਿਊਮਿੰਗ ਕੰਮ ਹੁੰਦਾ, ਅਤੇ ਉਸ ਤੋਂ ਬਾਅਦ ਫਿਰ ਸਾਡਾ ਇੱਕ ਰੋਮੈਂਟਿਕ ਸੌਂਗ ਆ, ਉਹਦੇ ਲਈ ਅਸੀਂ ਰੈਂਡਮ ਲੋਕੇਸ਼ਨਸ 'ਤੇ ਜਾਵਾਂਗੇ ਅਲੱਗ ਅਲੱਗ ਜਗ੍ਹਾ 'ਤੇ, ਅਤੇ ਬਾਕੀ ਕਾਫੀ ਦਿਨ ਹੋ ਗਏ ਮੇਰੇ ਤੋਂ ਵਲੋਗ ਲਈ ਵੀਡੀਓ ਨਹੀਂ ਬਣੇ, ਵਿੱਚ ਵਿੱਚ ਮਿਸ ਹੋ ਜਾਂਦੇ ਨੇ, ਸੋ ਅੱਜ ਥੋੜ੍ਹਾ ਜਿਹਾ ਟਾਈਮ ਲੱਗਿਆ ਕਿਉਂਕਿ ਕਾਫੀ ਬਿਜ਼ੀ ਚੱਲ ਰਹੇ ਹੁੰਦੇ ਹਾਂ, ਅਤੇ ਮੈਂ ਕਿਹਾ ਚਲੋ ਦਿਖਾਉਂਦੇ ਹਾਂ ਤੁਹਾਨੂੰ, ਅਤੇ ਉੱਧਰ ਤਿਆਰੀ ਚੱਲ ਰਹੀ ਹੈ ਸਾਡੇ ਹੀਰੋ ਰੋਸ਼ਨ ਪ੍ਰਿੰਸ ਭਾਜੀ, ਅਤੇ ਉਹਨਾਂ ਦਾ ਮੋਨਟਾਜ ਸੈਡ ਸੌਂਗ ਦਾ, ਆਪਾਂ ਜਾ ਕੇ ਗੱਲ ਕਰਦੇ ਹਾਂ ਭਾਜੀ ਨਾਲ, ਆਓ ਜੀ। ਓਕੇ ਭਾਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਰਿਕੁਐਸਟ ਕਰੋ ਸਭ ਨੂੰ, ਮੇਰਾ ਬਹੁਤ ਬਹੁਤ ਰਿਕੁਐਸਟ ਹੈ, ਮੇਰਾ ਚੈਨਲ ਸਬਸਕ੍ਰਾਈਬ ਕਰੋ, ਬਹੁਤ ਬਹੁਤ ਰਿਕੁਐਸਟ ਹੈ ਜੀ, ਜੋ ਇਹਨਾਂ ਨੇ ਕਿਹਾ ਕਰੋ ਹੁਣੇ ਕਰੋ, ਸਾਰੇ ਕੰਮ ਛੱਡ ਕੇ ਭਾਵੇਂ ਫੋਨ ਸਾਈਡ ਤੇ ਰੱਖ ਕੇ ਕਰੋ, ਸਬਸਕ੍ਰਾਈਬ ਕਰੋ ਜੀ। ਡਾਇਰੈਕਟਰ ਤੁਸੀਂ ਹੋ, ਮੈਂ ਤਾਂ ਥੋੜ੍ਹਾ ਬਹੁਤ ਤੁਹਾਡੇ ਤੋਂ ਸਿੱਖਿਆ ਭਾਜੀ ਨਾਲ, ਮੈਂ ਪਹਿਲਾਂ ਇੱਕ ਫਿਲਮ ਕੀਤੀ ਹੈ ਲਾਵਾਂ ਫੇਰੇ ਹੈ ਨਾ, ਉਸ ਤੋਂ ਬਾਅਦ ਸਾਡੀ ਹੁਣ ਸੈਕਿੰਡ ਫਿਲਮ ਆ, ਜਿਸ ਭਾਜੀ ਨਾਲ ਕੰਮ ਕਰਕੇ ਮਜ਼ਾ ਆਉਂਦਾ ਹੈ ਨਾ, ਜਦੋਂ ਤੁਹਾਡੇ ਜਿਹੜੇ ਐਕਟਰ ਨੇ ਉਹ ਕੋਆਪਰੇਟਿਵ ਹੋਣ ਨਾ ਤਾਂ ਫਿਰ ਜ਼ਿਆਦਾ ਮਜ਼ਾ ਆਉਂਦਾ ਵੀ, ਮਤਲਬ ਐਜ਼ ਅ ਫਰੈਂਡ ਕਹਿ ਲਓ, ਐਜ਼ ਅ ਬ੍ਰਦਰ ਕਹਿ ਲਓ, ਹੈ ਨਾ, ਤੁਹਾਨੂੰ ਗਾਈਡੈਂਸ ਵੀ ਦਿੰਦੇ ਰਹਿੰਦੇ ਆ ਵਿੱਚ ਵਿੱਚ ਚੀਜ਼ਾਂ ਵੀ ਦੱਸਦੇ ਰਹਿੰਦੇ, ਤੁਹਾਡਾ ਵਿਵਾਦ ਹੈ ਤਾਂ ਮੈਂ ਤੁਹਾਡੀਆਂ ਤਾਰੀਫਾਂ ਕਰਾਂ ਤਾਂ ਜ਼ਿਆਦਾ ਅੱਛਾ ਲੱਗ ਰਿਹਾ। ਨਹੀਂ ਨਹੀਂ ਚਲੋ ਠੀਕ ਹੈ ਜੀ, ਅਤੇ ਬਹੁਤ ਬਹੁਤ ਸ਼ੁਕਰੀਆ, ਹੁਣ ਫਿਲਮ ਸਾਡੀ ਜਲਦੀ ਰਿਲੀਜ਼ ਹੋ ਜਾਣੀ ਹੈ, ਹੋਪਫੁਲੀ ਜੁਲਾਈ ਅਗਸਤ ਜਾਂ
रोड शूट जे कार चेजिंग के सीन होंगे ना जिस तरह तो कार से यार रिग वगैरह लगा के कार से रिग लग के वे उपर कैमरा फिट होकर फिर ये शॉट्स ले जाते हैं। काफ़ी टाइम कंज्यूमिंग काम होता है।